ਗੋਪੀ ਦਿਨ ਦੀਨਾਨਗਰ ਦੇ ਵਿੱਚ ਮੁਕਾਬਲਾ ਬਿਜਲੀ ਦੇ ਮੈਂ ਵਿੱਚ ਪੇੜਾਂ ਨਹੀਂ ਮਾਰਨੀਆਂ ਬਈ ਚਪੇੜਾਂ ਨਹੀਂ ਮਾਰਨੀਆਂ ਬਈ ਚਲੋ ਮਾਰੋ ਚਪੇੜੇ ਦੀ ਬਲਾ ਕੀ ਹੁੰਦਾ ਬਲਾ ਓ ਕੁਸ਼ਤੀ ਵਾਸਤੇ ਹੋਣਾ
ਦੇਖੋ ਜਿਸ ਤਰ੍ਹਾਂ ਦਰਸ਼ਕ ਸਾਡੇ ਵੱਜਦੇ ਗਏ, ਅਜੀਤ ਰੌਣਕ ਮੰਡੀ ਗਈ, ਇੱਕ ਵਾਰ ਤਾੜੀ ਨਹੀਂ ਤੁਸੀਂ ਲਾਈ ਖੁੱਲ ਕੇ। ਤੁਹਾਨੂੰ ਪੀਰ ਬਾਬੇ ਦੀ ਸੌ ਲੱਗੇ, ਮਾਂ ਪਿਓ ਦੀ ਸੌ ਲੱਗੇ, ਤੇ ਤੁਹਾਨੂੰ ਆਪਣੇ ਮਸ਼ੂਕਾਂ ਦੀ ਸੌ ਲੱਗੇ। ਲਾ ਦੋ ਤਾੜੀ ਇੱਕ ਵਾਰ ਜੋਰ ਦਾ। ਹਾਂ ਹੁਣ ਵੱਜੀ ਤਾੜੀ। ਇਹ ਸੇਵਾ ਮਾਤੇ ਆ ਜੀ, ਸੇਵਾ ਮਾਤੇ ਆ ਰਹੇ। ਕਹਿੰਦੇ ਬੇਲੀ ਵਿਛੜੇ ਮਿਲਦਾ ਹੁੰਦਾ ਮੇਲਾ, ਬਿਨਾ ਬੇਲੀਆਂ ਜਾਣ ਖਾਏ ਮੇਲਾ। ਕਹਿੰਦੇ ਹੋਵਨ ਰੱਗ ਤਮਾਸ਼ੇ ਤੇ ਕਵਾਲ ਰਾਜੀ, ਇਹ ਬਿਨਾ ਬੇਲੀਆਂ ਜਾਣ ਖਾਏ ਮੇਲਾ। ਪਸੋ ਉਹਨਾਂ ਨੂੰ ਜਿਹਨਾਂ ਦੇ ਸੰਗ ਟੁੱਟੇ ਤੇ ਮੇਲੇ ਵਿੱਚ ਕੂਕਣ ਹਾਏ ਹਾਏ ਮੇਲਾ ਆਏ ਹਾਏ ਹਾਏ। ਬਹੁਤ ਵਧੀਆ ਕੁਸ਼ਤੀ ਹੋਈ ਹੈ, ਕੁਸ਼ਤੀ ਅਸੀਂ ਲੱਖਾਂ ਰੁਪਏ ਲਾ ਕੇ ਦੇਖ ਸਕਦੇ ਜੀ। ਜਿਹੜੀ ਕੁਸ਼ਤੀ ਅੱਜ ਗੋਪੀ ਤੇ ਮਨੀਰ ਦੇ ਦਰਮਿਆਨ ਹੋਈ ਹੈ ਜੀ, ਬਹੁਤ ਵਧੀਆ ਮੁਕਾਬਲਾ ਹੋਇਆ। ਮਨੀਰ ਇਤਿਹਾਸਕ ਕੁਸ਼ਤੀ ਹੋਈ ਹੈ ਜੀ, ਜਿਹਦੀ ਮਨੀਰ ਤੇ ਗੋਪੀ ਦੇ ਦਰਮਿਆਨ ਹੋਈ। ਤੁਸੀਂ ਯੂਟਿਊਬ ਤੇ ਕੱਢ ਕੇ ਦੇਖਿਓ, ਮਨੀਰ ਨੇ ਵੱਡੇ ਵੱਡੇ ਪਹਿਲਵਾਨਾਂ ਦੇ ਨਾਲ ਬਰਾਬਰ ਕੁਸ਼ਤੀਆਂ ਲੜੀਆਂ ਨੇ, ਮਗਰ ਅੱਜ ਗੋਪੀ ਨੇ ਜੋ ਵਾਹਵਾ ਕਰਾ ਦਿੱਤੀ ਹੈ। ਕਿਆ ਬਾਤ ਹੈ ਜੀ, ਓਹ ਹਮਾਰੇ ਤਾੜੀ ਬੰਦੀ ਹੈ, ਤਾੜੀ ਸਾਡੀ ਬਣਦੀ ਹੈ, ਤਾੜੀ ਕਿਉਂ ਨਹੀਂ ਬਣਦੀ ਹੈ ਬਾਬਾ ਵਿੱਚੋਂ ਜੋ। ਕਿੰਨੇ ਮਿੰਟ ਹੋਈ ਰੋੜੀ ਰੋੜੀ ਬਣਾਉਣੀ ਆ, ਕੱਢੀ ਪੈ ਜਾਣੀ ਵਧੀਆ। ਹੁਣ ਇਹ ਗੱਲ